ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਾਜਵਿੰਦਰ ਬਲੌਗ 'ਤੇ ਤੁਹਾਡਾ ਸਵਾਗਤ ਹੈ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਿਆ ਕਰੋ, ਨਾਲੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸੇਵੀਆਂ ਭੁੰਨਣ ਦੀ ਵੀਡੀਓ। ਸੇਵੀਆਂ ਆਪਾਂ ਵੱਟੀਆਂ ਵਟਾਈਆਂ ਲੈ ਲਈਆਂ ਨੇ। ਚਲੋ ਜੀ ਆਪਾਂ ਭੁੰਨਦੇ ਹਾਂ ਹੁਣ ਸੇਵੀਆਂ। ਆ ਦੇਖੋ ਜੀ ਆਪਣੀਆਂ ਸੇਵੀਆਂ ਇਹ ਭੁੱਜ ਗਈਆਂ ਨੇ, ਥੋੜ੍ਹੀਆਂ ਥੋੜ੍ਹੀਆਂ ਕਰਕੇ ਆਪਾਂ ਇਹਨਾਂ ਨੂੰ ਭੁੰਨਾਂਗੇ। ਕੱਚੀਆਂ ਸੇਵੀਆਂ ਰੱਖਾਂਗੇ ਜੀ ਤਾਂ ਖਰਾਬ ਹੋ ਜਾਂਦੀਆਂ ਨੇ। ਚਲੋ ਜੀ ਆਪਣੀਆਂ ਸੇਵੀਆਂ ਭੁੱਜ ਗਈਆਂ ਨੇ, ਬਸ ਆ ਲਾਸਟ ਵਾਲੀਆਂ ਰਹਿ ਗਈਆਂ ਤੀਆਂ। ਹੁਣ ਆਪਾਂ ਕਣਕ ਛੰਡ ਕੇ ਜੀ ਭੁੰਨਾਂਗੇ ਕਣਕ ਦਲੀਏ ਵਾਸਤੇ। ਕਣਕ ਆ ਜਾਓ ਜੀ, ਹੁਣ ਆਪਾਂ ਕਣਕ ਛੰਡੀਏ। ਦੇਖੋ ਜੀ ਅੱਗੇ ਬੁੜੀਆਂ ਪੀਣਾ ਵੀ ਐਂ ਕਰਦੀਆਂ ਹੁੰਦੀਆਂ, ਹੁਣ ਤਾਂ ਜੀ ਢੋਲ ਬਸ ਨਾਲ ਹੁੰਦੀ ਗਾ ਕੇ ਭਰ ਦਿੰਦੇ ਨੇ। ਸਾਰਾ ਸਾਲ ਕਣਕ ਧੋ ਕੇ ਛੰਡ ਕੇ ਫੇਰ ਆਪਾਂ ਵਿਆਹਾਂਗੇ ਜੀ। ਚਲੋ ਜੀ ਹੁਣ ਆਪਣੀ ਕਣਕ ਹੋ ਗਈ ਸਾਫ, ਹੁਣ ਆਪਾਂ ਉਹਨੂੰ ਭੁੰਨਾਂਗੇ। ਚਲੋ ਜੀ ਹੁਣ ਆਪਾਂ ਕਣਕ ਭੁੰਨਾਂਗੇ ਦਲੀਏ ਵਾਸਤੇ। ਇਹਨੂੰ ਜਮ੍ਹਾਂ ਲਾਲ ਲਾਲ ਬਰਾਊਨ ਲਾਲ ਕਰਕੇ ਰੱਖਾਂਗੇ ਜੀ, ਫਿਰ ਇਹਦਾ ਦਲੀਆ ਪੀਸਾਂਗੇ ਆਪਾਂ। ਇਹ ਬਹੁਤ ਟੇਸਟੀ ਬਣਦਾ, ਕਣਕ ਭੁੰਨ ਕੇ ਬਣਾਈਏ ਜੀ ਲਾਲ ਲਾਲ। ਲੈਣ ਬਾਈ ਆਹ ਦੇਖੋ ਜੀ ਜਿਹੜੀਆਂ ਆਪਾਂ ਉਹਦੇ ਸਬਜ਼ੀਆਂ ਲਾਈਆਂ ਸੀ ਇਹਨਾਂ 'ਚੋਂ ਮੇਥੇ ਨਹੀਂ ਨਿਕਲੇ, ਹੁਣ ਇਹਨਾਂ ਨੂੰ ਪਿੰਦਰ ਦੁਬਾਰੇ ਗੁੱਡ ਕੇ ਲਾਊਗਾ।
ਇਹ ਪਿਛਲੇ ਸਾਲ ਵਾਲੇ ਪੁਰਾਣੇ ਮੇਥੇ ਲਾਏ ਸੀ ਅਸੀਂ ਨੇ, ਉਹ ਨਿਕਲੇ ਨਹੀਂ ਹੈਗੇ, ਹੁਣ ਨਵੇਂ ਲਿਆਂਦੇ ਨੇ, ਹੋਰ ਉਹ ਲਗਾਵਾਂਗੇ ਜੀ। ਗਾਹਾਂ ਗੋਭੀ 'ਚ ਨਾ ਮਾਰੀ, ਆਹ ਦੇਖੋ ਜੀ ਪੁੱਠੇ ਕੰਮ ਗੁੜਦਾ ਗੁੜਦਾ, ਹੁਣ ਆਹ ਤੇਸੀ ਨਾਲ ਗੁੱਡਣ ਲੱਗ ਗਿਆ ਲੈ। ਤੂੰ ਸਾਰਾ ਦਿਨ ਪੁੱਠੇ ਕੰਮ ਨਾ ਕਰਿਆ ਕਰ, ਹੋਰ ਕੀ ਹੈ ਗੁੱਡਣਾ, ਇਹਦੇ ਨਾਲ ਤਾਂ ਨਹੀਂ ਗੁੱਡਣਾ, ਕਹੀ ਨਾਲ ਕਸੀ ਨਾਲ ਗੁੱਡਿਆ ਜਾਂਦਾ ਹੁੰਦਾ। ਆਹ ਦੇਖੋ ਜੀ ਹੁਣ ਫਿਰ ਕਸੀਆ ਚੱਕ ਲਿਆ, ਆਹ ਦੇਖੋ ਜੀ ਆਪਣੀ ਕਣਕ ਭੁੱਜ ਕੇ ਜਮਾਂ ਬਰਾਊਨ ਹੋ ਗਈ ਹੈ ਲਾਲ, ਹੁਣ ਇਹਨੂੰ ਆਪਾਂ ਕੱਢ ਲਾਂਗੇ। ਆਹ ਦੇਖੋ ਜੀ ਜਿਹੜੀ ਭੁੱਜੀ ਹੋਈ ਕਣਕ ਹੈ ਉਹ ਆਹ ਹੈ, ਬਿਨਾ ਭੁੱਜੀ ਹੋਈ ਦਾ ਕਣਕ ਦਾ ਇਹਨਾਂ ਦਾ ਰੰਗ ਦਾ ਕਿੰਨਾ ਫਰਕ ਹੈ ਆਪਸ 'ਚ, ਉਹ ਭੁੱਜ ਗਈ ਹੈ। ਆਹ ਦੇਖੋ ਜੀ ਪਿੰਦਰ ਸਿੰਘ ਹੁਣ ਲਾ ਰਿਹਾ ਮੇਥੇ, ਪਹਿਲਾਂ ਇਹ ਲਾਈਨ ਕੱਢੂਗਾ ਸਿੱਧੀ, ਸਿੱਧੀ ਲਾਈਨ ਨਿਕਲਦੀ ਹੈ ਕਿ ਨਾ, ਟੇਢੀ ਨਾ ਲੈ ਜੀ ਇੰਨਾ ਡੂੰਘਾ। ਖਾਸੇ ਕੱਢ ਲਾਂਗੇ ਮੁੱਠੀ 'ਚ, ਕਿੰਨੇ ਢੇਰੀ ਕਰਦੇ ਆ ਬੀਏ ਵਾਲਾ ਪਾਈਆਂ ਨਾਲ ਤਾਂ। ਚੱਲ ਬਸ ਬਸ ਖੜ ਜਾ, ਉਹ ਸਿਰੇ ਤੋਂ ਨਹੀਂ ਲਾਏ, ਇੱਥੇ ਜੇ ਵੀ ਲਾ, ਇੱਥੇ ਜੇ ਬਾਅਦ ਚਾਰ ਇੰਨੇ ਤੋਂ ਨਾ ਬਸ, ਤੈਨੂੰ ਜਮੀਨ ਪਤਾ ਮਾੜਾ ਇੱਕ ਇੱਕ ਦਾਣਾ ਸਿੱਟਦੇ ਹੁੰਦੇ ਨੇ ਪਿੱਛੇ, ਹਟ ਤੂੰ ਹੱਥ 'ਤੇ ਪਾ ਲਾ ਪਹਿਲਾਂ। ਹਾਂ ਦੇਖੋ ਜੀ ਪਿੰਦਰ ਨੇ ਹੁਣ ਮੇਥੇ ਲਾ ਦਿੱਤੇ ਨੇ, ਹੁਣੇ ਪਾ ਰਿਹਾ ਇਹਦੇ ਵਿੱਚ ਪਾਣੀ, ਦੇਖੋ ਪੁੱਠੇ ਕੰਮ ਕਰਦਾ ਗਲਾਸ 'ਚ ਪੈਪ ਧਰੀ ਬੈਠਾ। ਹੁਣੇ ਆਪਾਂ ਸਾਰੀਆਂ ਸਬਜ਼ੀਆਂ ਰਮਾਵਾਂਗੇ ਜੀ ਇਕੱਠੀਆਂ, ਚਲੋ ਜੀ ਆਪਣੀ ਕਣਕ ਹੁਣ ਪੁੱਜ ਗਈ ਹੈ। ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।